अज किन्ने थाई नाम भगत सिंह दे नाम ते कॉलेज स्कूल होर कुछ रह गया मतलब बनिया वा ते जिन्हां दे ओह उहदे नाने दे नाम ते तां गुसलखाना वी नहीं किते बनिया की जिन्हां नूं वड्डे ओह बंदे आ जिन्हां ने जो जो मते पास किए है उसको मैं तो कहना सगो ये लोगों के सामने गल आ गई लोगों को पता ही नहीं सी भी इन्होंने की कुछ अंग्रेजों तो लिया है हुण मैं कहना सगो ये भी निकल आऊगा अंग्रेजों तो की लिया है इन्होंने सारे ने किडिया किडिया जायदादा एडिया जायदादा किमें बन गई इन्होंने लोगों दी मैं इन्होंने पड़ताल होनी चाहिए इन्होंने जिन्होंने अंग्रेजों तो जगीर लिया दूजा लिया वो सारे लोगों की पड़ताल होनी चाहिए। देखो मैं समझना मान साहब नंगे हो गए ये कल मान साहब नहीं नंगे मान साहब के नाल भी जो पिछे बैठे है ना वो सारे लोग नंगे हो गए। भगत सिंह तो कोई जिमें कोई गल कर कोशिश करे भगत सिंह एडा वड्डा ना है भगत सिंह घटदा नहीं जिहड़ा भगत सिंह है भगत सिंह नूं जे घटाउण लगणगे पंजाब दी किसानी पंजाब दे लोक मैं कहना कोई सज्जे पक्की होण खब्बे पक्की होण होर होण ਉਹ ਭਗਤ ਸਿੰਘ ਤੇ ਕੋਈ ਗੱਲ ਘੋਣਾ ਨਹੀਂ ਪਸੰਦ ਕਰਦੇ ਹੋਰ ਭਾਵੇਂ ਕੋਈ ਹੋ ਜਾਵੇ ਭਗਤ ਸਿੰਘ ਤੇ ਕੋਈ ਬੰਦਾ ਪੰਜਾਬ ਦਾ ਭਗਤ ਸਿੰਘ ਬਾਰੇ ਕਹੇ ਇੱਕ ਭਗਤ ਸਿੰਘ ਹੀ ਇਹੋ ਜਿਹਾ ਬੰਦਾ ਜਿਹਦਾ ਇਸ ਪੰਜਾਬ 'ਚ ਵੀ ਸਾਡੇ ਉੱਧਰਲੇ ਪੰਜਾਬ 'ਚ ਉੱਧਰਲੇ ਪੰਜਾਬ 'ਚ ਇੱਕੋ ਜਿਹਾ ਜਿਹਦਾ ਉਹ ਮਕਬੂਲ ਹੈ ਮਤਲਬ ਉਹਨੇ ਹੀ ਉਹ ਲੋਕ ਉਹਨੂੰ ਪਿਆਰ ਕਰਦੇ ਆ ਨਹੀਂ ਤਾਂ ਲੋਕ ਧਰਮਾਂ 'ਚ ਵੰਡੇ ਆ ਦੂਜੇ ਵੰਡੇ ਆ ਇਹ ਬੰਦਾ ਜਿਹੜਾ ਸਾਡਾ ਸਾਡੇ ਪੰਜਾਬ ਦਾ ਇੱਕ ਮਤਲਬ ਇੱਕ ਸਤਾਰਾ ਤੇ ਜਿਹਦੀ ਇੱਕ ਵਿਚਾਰਧਾਰਾ ਮਤਲਬ ਜੇ ਉਹਦੀ ਵਿਚਾਰਧਾਰਾ ਨਾਲ ਟਕਰਾਅ ਹੈ ਉਹਨਾਂ ਦੇ ਉਹ ਤਾਂ ਕੋਈ ਰੌਲਾ ਨਹੀਂ ਉਹਨਾਂ ਦੀ ਵਿਚਾਰਧਾਰਾ ਨਾਲ ਟਕਰਾਅ ਹੈ। ਦੇਖੋ ਜਿਹੜਾ ਕਪੂਰੀ ਮੋਰਚਾ ਸੀ ਉਹ ਖੱਬੇ ਅਤੇ ਸੱਜੇ ਪੱਖੀਏ ਨੇ ਰਲ ਕੇ ਲਾਇਆ ਸੀ ਹੁਣ ਵਾਂਗੂ ਉਹ ਠੀਕ ਹੈ ਉਹਦੇ 'ਤੇ ਸੱਜੇ ਪੱਖੀ ਉਹਦੇ 'ਤੇ ਭਾਰੂ ਪੈ ਗਏ ਅਤੇ ਉਹਨੂੰ ਕਪੂਰੀ ਮੋਰਚੇ ਨੂੰ ਉਠਾ ਕੇ ਉਹ ਦਰਬਾਰ ਸਾਹਿਬ 'ਚ ਲੈ ਗਏ ਹਰਿਮੰਦਰ ਸਾਹਿਬ 'ਚ ਲੈ ਗਏ ਉਹਨਾਂ ਨੇ ਮੰਗਾਂ ਨਵੀਆਂ ਬਣਾਤੀਆਂ ਇਹ ਮੰਗਾਂ ਤਾਂ ਸਾਡੀਆਂ ਉਦੋਂ ਦੀਆਂ ਹੀ ਪਈਆਂ। ਦੇਖੋ ਉਹ ਐਸਵਾਈਐਲ ਨਹਿਰ ਤੋਂ ਚੱਲੀ ਸੀ ਗੱਲ ਐਸਵਾਈਐਲ ਨਹਿਰ ਨੂੰ ਛੱਡਤਾ ਪਰ ਐਸਵਾਈਐਲ ਤਾਂ ਹੁਣ ਵੀ ਉਹ ਭਾਵੇਂ ਨਹੀਂ ਨਿਕਲੀ ਪਰ ਇਹਦੇ ਨਾਲ ਇੱਕ ਹੋਰ ਨਹਿਰ ਕੱਢ ਕੇ ਪਾਣੀ ਤਾਂ ਲਿਜਾ ਰਹੇ ਆ। ਦੇਖੋ ਹੋਰ ਨਹੀਂ ਕੱਢ ਰਹੇ ਉਹਦੇ ਉਹ ਜਿਹੜੇ ਕਿਨਾਰੇ ਉੱਚੇ ਕਰਕੇ ਉਹਦਾ ਕਪੈਸਿਟੀ ਵਧਾ ਰਹੇ ਹੋਰ ਨਹਿਰ ਕੋਈ ਨਹੀਂ ਕੱਢੀ ਉਹਨਾਂ ਨੇ ਉਹਦੀ ਕਪੈਸਿਟੀ ਵਧਾ ਰਹੇ ਆ। ਦੇਖੋ ਕਪੈਸਿਟੀ ਤੋਂ ਵੱਧ ਵਗ ਰਹੀਆਂ ਉਹਨਾਂ ਦੀਆਂ ਸਾਡੀਆਂ ਨਹਿਰਾਂ ਕਪੈਸਿਟੀ ਤੋਂ ਘੱਟ ਵਗ ਰਹੀਆਂ ਸਾਡੀਆਂ ਪੰਜਾਬ ਦੇ ਸੂਏ ਐਤਕੀ ਸੂਏ ਕੱਸੀਆਂ ਅੱਧੇ ਅੱਧੇ ਛੱਡੇ ਆ ਮੋਗਿਆਂ 'ਚ ਪਾਣੀ ਹੀ ਨਹੀਂ ਚੜਿਆ ਅਜੇ ਤੱਕ ਵੀ ਹੁਣ ਮੀਂਹ ਪੈਂਦੇ ਆ ਅਜੇ ਤੱਕ ਵੀ ਮੋਗਿਆਂ 'ਚ ਪਾਣੀ ਨਹੀਂ ਆਇਆ ਬਹੁਤੇ ਤਾਈ ਇਹ ਹਾਲਾਤ ਆ ਪੰਜਾਬ ਦੇ।